ਸਫਾਈਆਂ ਸਫਾਈਆਂ ਕਰਨ ਵਾਲੀਆਂ ਪਈਆਂ। ਆਇਆ ਨਹੀਂ ਅਜੇ ਤੱਕ ਮੇਰਾ ਸਾਹਿਬ। ਆ ਜਾ ਜਾ ਨੇ ਆ ਜਾਣਾ ਕਿੱਥੇ? ਸੱਚਾ ਪਾਕਿਸਤਾਨੀ ਸ਼ਹਿਜ਼ਾਦਾ ਬਾਹਰ ਕਿੰਨੀਆਂ ਦਾ ਬੰਦਾ ਮਿਲਿਆ। ਹਾਂ ਮੈਨੂੰ ਪੁੱਛਿਆ ਤੁਹਾਡੇ ਮੁਲਕ ਕੀ ਹੈ? ਅੱਛਾ ਮੈਂ ਕਿਹਾ ਛੱਡ ਤੇ ਤੁਹਾਡੇ ਮੁਲਕ ਕੀ ਹੈ? ਆਂਦਾ ਸਾਡੇ ਮੁਲਕ ਦੇ ਵਿੱਚ ਕਰੀਨਾ ਕਪੂਰ, ਮਾਧੁਰੀ ਦੇ ਸਿਰ ਰਾਣੀ ਮੁਖਰਜੀ। ਮੈਨੂੰ ਆਂਦਾ ਤੁਹਾਡੇ ਮੁਲਕ ਕੀ ਹੈ? ਮੈਂ ਕਿਹਾ ਜਗ੍ਹਾ ਇੱਥੇ ਨਹੀਂ ਲੈ ਆ। ਨਾ 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 ਮੈਂ ਕਿਹਾ ਕੋਈ ਰਹਿਤ ਨਹੀਂ ਸ਼ਹਿਜ਼ਾਦਾ। ਪੱਪੂ ਡਰਾਈਵਰ ਕੈਸੀਆਂ ਫਿਰ ਡਰਾਈਵਰੀਆਂ ਸੋਹਣੀਆਂ ਡਰਾਈਵਰੀਆਂ ਚੱਲ ਰਹੀਆਂ ਨੇ, ਸੋਹਣੇ ਗੇਅਰ ਲੱਗ ਰਹੇ, ਰੁਪਈਏ ਖੁੱਲੇ ਨੇ। ਚਲੋ ਫਿਰ ਖਰਚੋ ਜਾ, ਚਲ ਬਗੈਰ ਤਾਂ ਮੂੰਹ ਚੁੱਕ ਕੇ ਅੰਦਰ ਆ ਗਿਆ। ਮੇਰੇ ਮਾਲਕ ਦਾ ਹੁਕਮ ਹੈ ਇਹਨਾਂ ਨੂੰ ਘਰ ਨਹੀਂ ਵੜਨ ਦੇਣਾ। ਉਹ ਸਾਡੀ ਬਿੱਲੀ ਸਾਨੂੰ ਮੀ ਆਉ। ਇਹ ਘਰ ਦਾ ਕੋਠੀਆਂ ਦਾ ਕੌਣ ਬੰਗਲਿਆਂ ਦਾ ਮਾਲਕ ਹੈ? ਮੇਰਾ ਸਾਹਿਬ ਤੇ ਉਹਦੀ ਔਲਾਦ ਹੈ, ਸਾਡਾ ਸਾਡਾ ਉਹਨੇ ਮਰ ਮੁੱਕ ਜਾਣਾ ਹੈ। ਅੱਛਾ ਅੱਛਾ ਤੁਸੀਂ ਔਲਾਦ ਹੈ, ਸਾਰਾ ਕੁਝ ਤੁਹਾਡਾ ਹੀ ਹੈ ਤੇ ਸਾਨੂੰ ਦੱਸਿਆ ਹੀ ਨਹੀਂ। ਚੱਲ ਬਾਹਰ ਚੱਲ, ਮੈਂ ਜਾਣਨਾ ਤੁਹਾਨੂੰ, ਮੈਂ ਨਹੀਂ ਵੜਨ ਦੇਣਾ ਇਸ ਘਰ। ਉਹ ਭੈਣੇ ਘਰ ਸਾਡਾ ਜੇ ਇਹ ਜਿਹੜਾ ਚਿੱਟੀ ਪੱਗ ਵਾਲਾ ਕੰਜਰ ਜਿਹਾ ਬੰਦਾ ਨਹੀਂ? ਹਾਂ ਸਾਡੇ ਵਾਲਦ ਮੋਹਤਰਮ ਜੀ। ਹਾਂ ਆਹੋ ਪੁੱਤਰਾਂ ਦੀ ਕਮਾਈ ਖਾਂਦੇ ਨੇ ਭਾਈ, ਹੁਣ ਕੀ ਕਰੀਏ? ਤੇ ਸਾਨੂੰ ਦੱਸਿਆ ਹੀ ਨਹੀਂ ਇੱਥੇ। ਹਾਂ ਦੇਖਣ ਆਪ ਅਮੀਰ ਲੋਕ ਕੀ ਆਪ ਪਰ ਰੋਕ ਪੜਾ ਸ਼ਹਿਜ਼ਾਦਾ। ਇਹ ਸਾਰੀ ਬੰਗਲੇ ਕੋਠੀਓ ਕੇ ਮਾਲਕ ਹਮ ਹੈ। ਵਾਹ, ਤੋ ਪਾਪਾ ਕਿਧਰ ਗਏ ਹੈ? ਪਾਪਾ 2 ਘੰਟੇ ਕੇ ਲਈ ਬਾਜ਼ਾਰ ਗਏ ਹੈ। ਓ ਵੈਰੀ ਗੁੱਡ। ਤੋ ਨੁਕਰਾਨੀ ਕਿਧਰ ਹੈ? ਅੰਦਰ ਹੈ। ਅੰਦਰ ਜਾਉਂ? ਜਾਓ, ਕੰਜਰ ਹੀ ਲੱਗਿਆ। ਚੱਲ ਅੰਦਰ। ਕਿਹੜਾ ਲਾਲਾ? ਕੀ ਗੱਲ ਹੈ ਮੇਰੇ ਵੀਰਾ?